अलग हो रहे थे जैसे खेल रहे हैं उधर भी दूजे पासे भी है उधर वो खेल रहे हैं। हाँ जी सत श्री अकाल सारे नूं तुहाडा सारिआं दा इस ब्लॉग विच स्वागत करदे हांगे। अज असीं चले हां लीड्स नूं ते बस आ चुकी हैगी ते असीं बस लै रहे हांगे हुण। खड़े हैं यह ब्रेडपोर्ट के कोल ही है ये यूके जी पापूलेशन आई थी तीजे नंबर पर आँदी हैगी। इतने 85% जोड़े गोरे लोग रेंगे है 15% जोड़े इंडियन पाकिस्तानी तो होर जोड़े चाइनीज़ वगैरह और जोड़े सारे है तो रेंगे है तो बाकी जोड़ा ये 8वें नंबर पर बड़ा शहर आता है सारे यूके दे बहुत सोहना शहर आ इत मतलब साफ सुथरा है सारा ये तो बाकी इतने काफ़ी चीज़ा देखने वाली भी है तो आप पहला डोमिनोज़ के चलते हैं तो खाने पीने गए तो फिर आप जो घूमने वाली जगह है उत्थे जावे ना थोनों दिखाने तो सारी वीडियो एंड तक जरूर देखियो तो आप हम चलते आ जाओ मेरे न बने रहो। इत बहुत सोहनिया सोहनिया बिल्डिंग ने आ देखो बड़िया बड़िया अरे कुछ तैयार हो रही है मशीन चली जा देखो आ देखो आ कितनी सोहनी बिल्डिंग आ आ बिल्डिंग का देखो डिजाइन होना कितना घंट है गा सारिया है ना अलग अलग तरह दियां बिल्डिंग है इत्थे ये लीड्स दे विच आ बसा चल दियां गियां हरे रंग दियां मीडियम कने 10 मिनट लगणगे तैयार कर रहे इधर पिज़्ज़ा बन के तैयार अपना आ टाउन हॉल आ गया लीड्स का तो इतने आह आर्ट गैलरी हैगी लीड्स की तो इतने आह चैस खेड रहे चैस खेड रहे हैं I can do that to you. You are too weak. I want to do the bathroom extra. Fine. अलग अलग स्टॉप बने हुए बस सारे जमे एक आ स्टॉप आ गया तो उधर वो स्टॉप आए बसा खड़ जाए तो लाइन च लग के देखो सारे चढ़ी जाते अपना अपना यूके का यह सिस्टम बहुत
ਹੁਣ ਅਸੀਂ ਇੱਥੇ ਘੁੰਮ ਰਹੇ ਸੀਗੇ ਅਤੇ ਮੀਂਹ ਆ ਗਿਆ ਅਤੇ ਸਾਡੇ ਕੋਲ ਉਹ ਛੱਤਰੀ ਹੈਗੀ ਸੀਗੀ, ਮੈਨੂੰ ਪਹਿਲਾਂ ਹੀ ਪਤਾ ਸੀਗਾ, ਮੈਂ ਕਿਹਾ ਮੀਂਹ ਕਿਸੇ ਵੇਲੇ ਵੀ ਆ ਸਕਦਾ ਇੱਥੇ। ਲੀਡ ਸਿਟੀ ਮਾਰਕੀਟ ਆ ਗਈ ਅਤੇ ਇੱਧਰ ਉਹ ਦੇਖੋ ਸਾਹਮਣੇ ਕਿੰਨੀ ਸੋਹਣੀ ਬਿਲਡਿੰਗ ਬਣੀ ਹੋਈ ਆ, ਸਾਰੀਆਂ ਮਤਲਬ ਬਹੁਤ ਸੋਹਣੀਆਂ ਸੋਹਣੀਆਂ ਬਿਲਡਿੰਗਸ ਨੇ, ਬਹੁਤ ਸੋਹਣੀਆਂ ਸੋਹਣੀਆਂ ਇਮਾਰਤਾਂ ਗੀਆਂ ਇੱਧਰ, ਅਤੇ ਇੱਧਰ ਤੁਹਾਨੂੰ ਅੱਗੇ ਵੀ ਦਿਖਾਉਣਾ ਗਾ। ਸਾਰਾ ਦੇਖਣ ਵਾਲਾ ਸ਼ਹਿਰ ਹੈ, ਇੱਕ ਘੁੰਮਣ ਨੂੰ ਤਾਂ ਬਹੁਤ ਥਾਵਾਂ ਗੀਆਂ ਅਤੇ ਬੰਦਾ ਇੱਕ ਦਿਨ 'ਚ ਤਾਂ ਘੁੰਮ ਨਹੀਂ ਸਕਦਾ ਗਾ, ਅਤੇ ਬਾਕੀ ਸਾਨੂੰ ਵੀ ਕੰਮ ਹੀ ਆਏ ਸੀ ਇੱਥੇ, ਮੈਂ ਕਿਹਾ ਚਲੋ ਹੈ ਨਾ ਦਿਖਾ ਦਿੰਦਾ ਗਾ ਸਾਰਿਆਂ ਨੂੰ ਵੀ ਕਿੱਦਾਂ ਦਾ ਲੀਡ ਸ਼ਹਿਰ ਆ। ਇੱਧਰ ਆ ਦੇਖੋ ਆ ਵਿਕਟੋਰੀਆ ਕੁਆਟਰ, ਬਹੁਤ ਸੋਹਣਾ ਹੈਗਾ ਇਹ, ਅੰਦਰ ਤੁਹਾਨੂੰ ਦਿਖਾਉਣਾ ਥੋੜ੍ਹਾ ਅੰਦਰ ਜਾ ਕੇ ਕਿੰਨਾ ਸੋਹਣਾ ਹੈਗਾ। ਆਵੇ ਕਾਉਂਟੀ ਆਰਚਰਡ ਆ ਗਿਆ ਅਤੇ ਇਹ ਵੀ ਬਹੁਤ ਸੋਹਣਾ ਗਾ ਦੇਖੋ। ਆ ਵਿਕਟੋਰੀਆ ਗੇਟ ਆ ਗਿਆ, ਇਹ ਸਾਰੇ ਮੌਲ ਬਣੇ ਹੋਏ ਹੈਗੇ ਅਲੱਗ ਅਲੱਗ, ਜਿਵੇਂ ਆਪਣੇ ਉੱਧਰ ਅਲਾਂਟੇ ਅਤੇ ਹੋਰ ਕਾਫੀ ਸਾਰੇ ਆ ਜਿਵੇਂ ਹੈ ਨਾ, ਉੱਦਾਂ ਹੀ ਇਹ ਸਾਰੇ ਇੱਥੇ ਮੌਲ ਬਣੇ ਹੋਏ ਹੈਗੇ, ਸਾਰਿਆਂ ਦੇ ਵਿੱਚ ਸ਼ੋਪਾਂ ਨੇ। ਦੇਖੋ ਆਹ ਰੋਲੈਕਸ ਦੀ ਆ ਗਈ, ਇਹਦੇ 'ਚ ਸਾਹਮਣੇ ਟੈਸਲਾ ਕਢਾਈ ਹੋਈ ਹੈਗੀ। ਪਰ ਜਿਹੜੀਆਂ ਇਮਾਰਤਾਂ ਹੈਗੀਆਂ ਉਹ ਬਹੁਤ ਸੋਹਣੀਆਂ ਹੈਗੀਆਂ, ਬਹੁਤ ਸੋਹਣਾ ਡਿਜ਼ਾਇਨ ਹੁੰਦਾ ਅਲੱਗ ਅਲੱਗ, ਜਿਹੜੀਆਂ ਸਾਰੀਆਂ ਅਲੱਗ ਅਲੱਗ ਜਿੰਨੀਆਂ ਵੀ ਇੱਥੇ ਉਹ ਬਣੀਆਂ ਪਈਆਂ ਪਰ ਸਾਰਿਆਂ ਦੇ ਅਲੱਗ ਅਲੱਗ ਡਿਜ਼ਾਇਨ ਆ ਗਏ ਬਿਲਡਿੰਗਸ ਦੇ। ਇੱਥੇ ਦੇਖਣ ਵਾਲੀਆਂ ਬਹੁਤ ਸੋਹਣੀਆਂ ਸੋਹਣੀਆਂ ਇਮਾਰਤਾਂ ਨੇ ਅਤੇ ਹੋਰ ਕਾਫੀ ਸਾਰੀਆਂ ਚੀਜ਼ਾਂ ਨੇ, ਜਿਵੇਂ ਪਾਰਕਸ ਹੋ ਗਏ ਅਤੇ ਮਿਊਜ਼ੀਅਮ ਹੋ ਗਏ ਅਤੇ ਹੋਰ ਮਤਲਬ ਵੀ ਇੱਥੇ ਯੂਨੀਵਰਸਿਟੀ ਵੀ ਹੈਗੀ ਹੈਗੀ, ਲੀਡਸ ਬਕਟ ਯੂਨੀਵਰਸਿਟੀ ਹੈ ਇੱਕ, ਲੀਡਸ ਯੂਨੀਵਰਸਿਟੀ ਹੈਗੀ, ਅਤੇ ਹੋਰ ਮਤਲਬ ਕਾਫੀ ਸਾਰੀਆਂ ਇੱਥੇ ਚੀਜ਼ਾਂ ਦੇਖਣ ਵਾਲੀਆਂ ਨੇ ਅਤੇ ਕੁਛ ਮੈਂ ਚੀਜ਼ਾਂ ਦਿਖਾਤੀਆਂ ਹੈਗੀਆਂ ਹੈ ਨਾ, ਬਿਲਡਿੰਗਸ ਵਗੈਰਾ ਵੀ ਇੱਥੇ ਕਿੱਦਾਂ ਸੋਹਣੇ ਸੋਹਣੇ ਡਿਜ਼ਾਇਨ ਨੇ ਬਿਲਡਿੰਗਸ 'ਤੇ,
ਅਤੇ ਬਾਕੀ ਇੱਦਾਂ ਹੀ ਤੁਸੀਂ ਆਪਣੇ ਚੈਨਲ ਨੂੰ ਪਿਆਰ ਦਿੰਦੇ ਰਹੋ ਅਤੇ ਆਪਾਂ ਇੱਦਾਂ ਹੀ ਵੀਡੀਓਜ਼ ਬਣਾਉਂਦੇ ਰਹਾਂਗੇ ਅਤੇ ਆਪਾਂ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਅਤੇ ਉਦੋਂ ਤੱਕ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ।